मैं सुखप्रीत कौर एक बार फिर तो तुहाडा स्वागत करदी हां साडे खास प्रोग्राम मेल मिलाप। अज असीं पहुंचे हां जिला बठिंडा दे पिंड राम निवास ते आओ तुहानू मिलवाने हां इत्थों दे सरपंच नसीब कौर दे प्रतिनिधि नियाब सिंह जी दे नाल ते जानदे हां इस पिंड दी कहानी सरपंच साहब दी जुबानी। सति श्री अकाल सर। सर साडे दर्शक जानना चाहुंदे कि सरपंची च आउण तों पहला तुहाडा की कारोबार रिहा? पहला जी खेतीबाड़ी दा जी। नगर ने कहा मोड़नी औखा हो गया। नगर ने बनाया, नगर ने सहायता की सर ने, मेरे जीत भाई ने। सर 1.5 साल हो गया सरपंच बने नु तुहानू। सरपंच बनन तो बाद तुसी पहल दे आधार ते केड़े कम कीते? पहल के आधार से जी सानू जो ग्राउंड दी दाणा मंडी का कम किया, फाड़ा चिणिया बधाया, पहला थोड़ा सी होर बधाया जी। उदू बाद असी शमशान घाट का कम किया जी। उदू बाद असी पिंड दे विच गलियां नालियां का कम किया जी। ब्लॉक लाई, गलियां नालियां नवीं बनाईया, उन्हां दा कम किया जी। उदू बाद ਹੁਣ ਜੋ ਵੀ ਅਸੀਂ ਕੰਮ ਕੀਤਾ ਪਹਿਲਾਂ, ਹੁਣ ਅਸੀਂ ਹੋਰ ਵੀ ਆਸ ਕਰਦੇ ਹਾਂ ਉਹਨਾਂ ਤੋਂ। ਹੁਣ ਅਸੀਂ ਗਲੀਆਂ ਨਾਲੀਆਂ ਦਾ ਵੀ ਕੰਮ ਕਰਨਾ, ਜਿਹੜੀਆਂ ਰਹਿੰਦੀਆਂ ਉਹਨਾਂ 'ਚ ਵੀ ਲੋਕ ਲਾਉਣ ਦਾ ਅਸੀਂ ਕੰਮ ਕਰਨਾ। ਅਤੇ ਜੋ ਅਸੀਂ ਨਾਲੇ ਦੀ ਮੰਗ ਕਰਦੇ ਹਾਂ ਵੀ ਸਾਡੇ ਗੰਦੇ ਨਾਲੇ ਦਾ ਘੱਟ। ਸਰ 4 ਮਹੀਨੇ ਤੋਂ ਉੱਤੇ ਹੋ ਗਿਆ ਟਾਈਮ ਕਰੋਨਾ ਮਹਾਂਮਾਰੀ ਨੂੰ, ਜਿਹੜਾ ਕਿ ਪੂਰੇ ਵਿਸ਼ਵ 'ਚ ਫੈਲ ਚੁੱਕੀ ਹੈ। ਲੋਕਡਾਊਨ ਵੀ ਲਗਾਇਆ ਗਿਆ, ਲੋਕਡਾਊਨ ਦੇ ਦੌਰਾਨ ਤੁਹਾਡੇ ਪਿੰਡ ਦੀ ਕੀ ਸਥਿਤੀ ਰਹੀ ਹੈ? ਸਾਡੇ ਪਿੰਡ ਦੀ ਜੀ ਵਧੀਆ ਰਹੀ। ਕੋਈ ਲੋਕਡਾਊਨ 'ਚ ਕੋਈ ਸਾਡੇ ਇਹੋ ਜਿਹਾ ਮਰੀਜ਼ ਨਹੀਂ ਆਇਆ, ਪੂਰੀ ਸਮੱਸਿਆ ਵਧੀਆ ਰਹੀ ਆ। ਅਸੀਂ ਨਾਕੇਬੰਦੀ ਵੀ ਲਾਈ ਪਿੰਡ ਨੇ ਜੀ, ਹੋਰ ਵੀ ਸਾਰੇ ਪਿੰਡ ਨੇ ਪੂਰੀ ਸੰਯੋਗ ਦੇ ਕੇ ਸਾਡੇ ਪਿੰਡ 'ਚ ਇਹੋ ਜਿਹੀ ਕੋਈ ਇਹੋ ਜਿਹੀ ਬਿਮਾਰੀ ਨਹੀਂ ਹੈ ਜੀ। ਸਰ ਕੀ ਗਰੀਬ ਲੋਕਾਂ ਨੂੰ ਰਾਸ਼ਨ ਵਗੈਰਾ ਪ੍ਰੋਵਾਈਡ ਕੀਤਾ? ਹਾਂਜੀ, ਰਾਸ਼ਨ ਜੋ ਸਰਕਾਰ ਨੇ ਦਿੱਤਾ ਸੀ ਉਸ ਤੋਂ ਉਹਨੂੰ ਵੰਡਿਆ। ਸਾਡੇ ਹੁਣ ਪੰਚਾਇਤ ਕੋਲ ਇੱਥੇ ਕੋਈ ਫੰਡ ਫੁੰਡ ਹੈ ਨਹੀਂ ਸੀ ਜੀ, ਕੋਈ ਪੰਚਾਇਤ ਦੀ ਜ਼ਮੀਨ ਨਹੀਂ, ਕੋਈ ਹੋਰ ਚੀਜ਼ ਨਹੀਂ। ਜਿਹਨਾਂ ਗੌਰਮੈਂਟ ਉੱਧਰੋਂ ਚੀਜ਼ ਦਿੰਦੇ ਸੀ ਉਹ ਅਸੀਂ ਬਣ ਦਿੰਦੇ ਸੀ। ਸਰ ਤੁਹਾਡੇ ਪਿੰਡ ਦਾ ਸਿੱਖਿਆ ਪੱਧਰ ਕਿੱਥੋਂ ਤੱਕ ਦਾ? ਸਿੱਖਿਆ ਪੱਧਰ ਜੀ ਸਾਡੇ 8ਵੀਂ ਤੱਕ ਦਾ ਜੀ। ਜੀ 8ਵੀਂ ਤੱਕ ਆਇਆ, ਪਹਿਲਾਂ 5ਵੀਂ ਤੱਕ ਸੀ, ਫਿਰ 8ਵੀਂ ਦਾ ਹੋ ਗਿਆ। ਅਤੇ 8ਵੀਂ ਤੋਂ ਬਾਅਦ 'ਚ ਬੱਚੇ ਕਿੱਥੇ ਜਾਂਦੇ ਨੇ? ਬਾਅਦ 'ਚ ਜੀ ਜਾਏ ਤਾਂ ਬਾਲਾ ਲਈ ਜਾਂਦੇ ਆ 3 ਕਿਲੋਮੀਟਰ ਬਾਅਦ ਇੱਥੋਂ, ਚਾਹੇ ਢੱਡੇ ਜਾਂਦੇ ਆ। ਸਰ ਕੁੜੀਆਂ ਨੂੰ ਪ੍ਰੋਬਲਮ ਨਹੀਂ ਹੁੰਦੀ? ਪੂਰੀ ਹੁੰਦੀ ਹੈ ਜੀ, ਕੁੜੀਆਂ ਨੂੰ ਜਾਣਾ ਕਰਨਾ, ਗਰੀਬ ਕੁੜੀਆਂ ਨੂੰ ਕੋਈ ਬੱਸ ਦਾ ਪ੍ਰਬੰਧ ਨਹੀਂ, ਨਾ ਢੱਡਾਂ ਨੂੰ ਹੈ, ਨਾ ਬਾਲਾਲੀ ਨੂੰ ਹੈ, ਪੜ੍ਹਨ ਵਾਲੇ ਯੁਵਕਾਂ ਦੀ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ। ਸਰ ਦੇਖਿਆ ਜਾਵੇ ਪਿੰਡਾਂ ਵਿੱਚ ਕੁੜੀਆਂ ਮੁੰਡਿਆਂ 'ਚ ਫਰਕ ਕੀਤਾ ਜਾਂਦਾ, ਤੁਹਾਡੇ ਪਿੰਡ ਵਿੱਚ ਕੀ ਸਥਿਤੀ ਹੈ? ਸਾਡੇ 'ਚ ਨਹੀਂ ਜੀ ਕੋਈ ਫਰਕ, ਸਾਡੇ ਇਕੱਠੇ ਹੀ ਹੈ ਸਕੂਲ। ਸਰ ਪੰਜਾਬ ਦੇ ਵਿੱਚ ਦਿਨੋਂ ਬ ਦਿਨ ਨਸ਼ਾ ਵੱਧਦਾ ਜਾ ਰਿਹਾ, ਤੁਹਾਡੇ ਪਿੰਡ ਵਿੱਚ ਨਸ਼ੇ ਦੀ ਕੀ ਸਥਿਤੀ ਹੈ? ਸਾਡੇ ਪਿੰਡ 'ਚ ਜੀ ਨਸ਼ੇ ਦੀ ਬਹੁਤ ਹੋਰਾਂ ਪਿੰਡਾਂ ਨੂੰ ਘਟੌਤੀ ਹੈਗੀ ਆ, ਜਮ੍ਹਾਂ ਤਾਂ ਹੁੰਦੇ ਹੀ ਨਹੀਂ, ਅਤੇ ਅੱਗੇ ਬਹੁਤ ਫਰਕ ਹੈਗਾ। ਇੰਨਾ ਨਸ਼ਾ ਬਾਹਲਾ ਸਾਡੇ ਪਿੰਡ 'ਚ ਹੈ ਨਹੀਂ, ਹੁਣ ਕਰਦੇ ਹਾਂ ਅਸੀਂ, ਬਹੁਤ ਹਟਾਈ ਜਾਂਦੇ ਹਾਂ, ਕਹਿੰਦੇ ਹਾਂ ਵੀ ਜੇ ਕੋਈ ਹੈਗਾ ਤਾਂ ਭਾਈ ਉਹਨੂੰ ਦਾਖਲ ਕਰਾ ਦਿੰਦੇ ਹਾਂ, ਅਤੇ ਨਸ਼ਾ ਛੱਡਣ ਦੀ ਕੋਸ਼ਿਸ਼ ਅਸੀਂ ਵੀ ਕਰਾਉਂਦੇ ਹਾਂ। ਸਰ ਜਿਹੜਾ ਕੋਈ ਥੋੜ੍ਹਾ ਮੋਟਾ ਹੈਗਾ ਉਹਨੂੰ ਰੋਕਣ ਵਾਸਤੇ ਤੁਸੀਂ ਕੈਂਪ ਵਗੈਰਾ ਪ੍ਰੋਵਾਈਡ ਕੀਤੇ? ਨਹੀਂ ਜੀ, ਹੁਣ ਅਸੀਂ ਕੀਤੇ ਨਹੀਂ, ਹੁਣ ਕਰਨੇ ਆ। ਉਹਦੇ ਖਾਤਰ ਕੈਂਪ ਵੀ ਲਾਵਾਂਗੇ, ਜ਼ਰੂਰ ਲਾਵਾਂਗੇ, ਉਹਨਾਂ ਦਾ ਨਸ਼ਾ ਛੁਡਾਵਾਂਗੇ, ਉਹਨਾਂ ਨੂੰ ਦਾਖਲ ਵੀ ਕਰਾਵਾਂਗੇ ਜੋ ਰਹਿੰਦੇ ਆ। ਸਰ ਤੁਹਾਡੇ ਪਿੰਡ ਡਿਸਪੈਂਸਰੀ ਵਗੈਰਾ ਹੈ? ਹਾਂਜੀ ਹੈਗੀ, ਉੱਥੇ ਡਾਕਟਰ ਵਗੈਰਾ ਉੱਥੇ ਆਉਂਦੇ ਆ ਜੀ, ਡਾਕਟਰ ਹੁਣ ਪੱਕੀ ਆਉਂਦੇ ਸੀ ਜੀ, ਉਹ ਹੁਣ ਕਰੋਨਾ ਦਾ ਕਰਕੇ ਉਹਨਾਂ ਦੀ ਡਿਊਟੀ ਪਿੱਛੜਨੇ ਲੱਗ ਗਈ, ਉਸ ਕਰਕੇ ਉਹ ਹੁਣ ਨਹੀਂ ਆ ਸਕੇ। ਸਰ ਤੁਹਾਡਾ ਪਿੰਡ ਖੇਡਾਂ ਨੂੰ ਲੈ ਕੇ ਕਿੱਥੇ ਖੜਾ? ਖੇਡਾਂ ਵਾਸਤੇ ਜੀ ਹੁਣ ਬਹੁਤ ਵਧੀਆ ਮੁੰਡਿਆਂ ਨੇ ਹਿੰਮਤ ਕੀਤੀ ਹੈ, ਗਰਾਊਂਡ ਬਣਾਇਆ, ਗਰਾਊਂਡ ਬਣਿਆ ਵਧੀਆ, ਅਤੇ ਹੁਣ ਛੋਟੇ ਬੱਚਿਆਂ ਤੋਂ ਲਾ ਕੇ ਵੱਡੇ ਬੱਚਿਆਂ ਤੱਕ ਖੇਡਣ ਦੀ ਬਹੁਤ ਵਧੀਆ ਸਹੂਲਤ ਹੈ, ਉੱਥੇ ਖੇਡਦੇ ਆ। ਅਤੇ ਨਸ਼ਾ ਵੱਲੋਂ ਖੇਡਾਂ ਹੁਣ ਬੱਚਿਆਂ ਦਾ ਛੁੱਟੂਗਾ, ਖੇਡਣ ਵੱਲੋਂ ਲੱਗ ਜੂਗਾ, ਜੇ ਗਰਾਊਂਡ ਨੂੰ ਮਾੜਾ ਮੋਟਾ ਕੋਈ ਜਾਲ ਜੱਪਾ ਲੱਗ ਜਾਵੇ, ਹੋਰ ਲੱਗ ਜਾਵੇ, ਤਾਂ ਬੱਚੇ ਉੱਧਰ ਨਸ਼ਿਆਂ ਤੋਂ ਖੇੜਾ ਛੁੱਟ ਕੇ ਉੱਧਰ ਲੱਗ ਜਾਵੇ। ਸਰ ਸਾਡੇ ਚੈਨਲ ਰਾਹੀਂ ਤੁਸੀਂ ਸਰਕਾਰ ਤੋਂ ਕੀ ਮੰਗ ਰੱਖਦੇ ਹੋ? ਅਸੀਂ ਮੰਗ ਰੱਖਦੇ ਹਾਂ ਸਰਕਾਰ ਤੋਂ, ਪਹਿਲੇ ਆਧਾਰ 'ਤੇ ਸਾਡਾ ਸਕੂਲ 8ਵੀਂ ਦਾ, ਉਹਨੂੰ ਅਸੀਂ 10ਵੀਂ ਦਾ ਬਣਾਉਣਾ ਚਾਹੁੰਦੇ ਹਾਂ, ਵੀ 10ਵੀਂ ਦਾ ਸਕੂਲ ਸਾਡਾ ਪਿੰਡ ਹੀ ਬਣੇ,
ਬੱਚਿਆਂ ਨੂੰ ਬਾਹਰ ਜਾਣ ਦੀ ਨਾ ਪ੍ਰੋਬਲਮ ਪਵੇ ਜੀ। ਸਰ ਇਸ ਤੋਂ ਇਲਾਵਾ ਕੋਈ ਮੰਗ? ਇਸ ਤੋਂ ਇਲਾਵਾ ਮੰਗ ਸਾਨੂੰ ਜੋ ਵੀ ਸਾਡੇ ਨਾਲੇ ਗਲੀਆਂ ਰਹਿੰਦੀਆਂ ਇੱਕ ਗੰਦੇ ਨਾਲੇ ਦਾ ਨਾਲਾ ਬਣਨ ਵਾਲਾ ਗੰਦੇ ਪਾਣੀ ਵਾਲਾ ਉਹਦੀ ਮੰਗ ਅਸੀਂ ਜ਼ਰੂਰ ਮੰਗਦੇ ਹਾਂ ਵੀ ਸਾਨੂੰ ਉਹਦੀ ਗਰਾਊਂਡਾਂ ਮਿਲਣ ਉਹਨੂੰ ਬਣਾਈਏ। ਉਦੋਂ ਦੂਜੀ ਮੰਗ ਸਾਡੀ ਇਹ ਹੈ ਵੀ ਜੋ ਸਾਡੇ ਬੱਚੇ ਗਰਾਊਂਡ 'ਚ ਖੇਡਦੇ ਆ ਉਹਨੂੰ ਜਿੰਮ ਵਗੈਰਾ ਮਿਲਣੀ ਚਾਹੀਦੀ ਹੈ। ਸਾਡੀ ਦੂਜੀ ਮੰਗ ਇਹ ਹੈ ਜਿਹੜਾ ਸਾਡਾ ਖੇਤੀ ਦਾ ਧੰਦਾ ਖੇਤੀਬਾੜੀ ਦਾ ਸਾਡਾ ਨਹਿਰੀ ਪਾਣੀ ਹੈ ਸਾਨੂੰ ਸਹੀ ਮਿਲ ਨਹੀਂ ਰਿਹਾ ਸਾਡਾ ਹੱਕ ਸਾਨੂੰ ਮਿਲ ਨਹੀਂ ਰਿਹਾ ਬਹੁਤ ਘੱਟ ਪਾਣੀ ਆਉਂਦਾ ਸਾਡੇ ਲੋਕਾਂ ਨੂੰ ਬਹੁਤ ਚਾਹੀਏ। ਉਦੋਂ ਸਾਡੀ ਮੰਗ ਜੋ ਸੜਕ ਦੀ ਹੈ ਗਰਮੀ ਦੀ ਸੜਕ ਸਾਨੂੰ ਜ਼ਰੂਰੀ ਬਣਨੀ ਚਾਹੀਦੀ ਹੈ ਬਹੁਤ ਮੱਕ ਹੈ ਫਿਰਨੀ ਅਤੇ ਬਹੁਤ ਚਲਦੀ ਕੱਚੀ ਆ ਕਈ ਸਾਲਾਂ ਤੋਂ ਅਸੀਂ ਮੰਗ ਕਰਦੇ ਹਾਂ ਸੜਕ ਦੀ ਇੱਕ ਸੜਕ ਸਾਨੂੰ ਸਾਡੀ ਜੋ ਸਟੇਡੀ ਹੈ ਸਟੇਡੀਅਮ ਸੜਕ ਸਾਨੂੰ ਜ਼ਰੂਰ ਚਾਹੀਦੀ ਹੈ ਇਹ ਸਾਡੀਆਂ ਮੰਗ ਹੈ ਚੈਨਲ ਤੋਂ ਇਹ ਸਾਨੂੰ ਜ਼ਰੂਰ ਮਿਲਣਾ ਸਾਨੂੰ ਆਸ ਹੈ ਵੀ ਇਹ ਜ਼ਰੂਰ ਮੰਗਾਂ ਸਾਡੀਆਂ ਪੂਰੀਆਂ ਹੋਣਗੀਆਂ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਹਾਂ ਸਾਡੇ ਕੰਮ ਦੂਰੀ 'ਤੇ ਹੋਣਗੇ ਇਹ ਕੰਮ ਅਸੀਂ ਕਰੀਏ। ਸਰ ਆਉਣ ਵਾਲੇ ਟਾਈਮ ਵਿੱਚ ਤੁਸੀਂ ਆਪਣੇ ਪਿੰਡ ਨੂੰ ਕਿਸ ਰੂਪ 'ਚ ਦੇਖਣਾ ਚਾਹੁੰਦੇ ਹੋ? ਅਸੀਂ ਵਧੀਆ ਰੂਪ 'ਚ ਦੇਖਣਾ ਚਾਹੁੰਦੇ ਹਾਂ ਜੀ ਚੰਗੀਆਂ ਗਲੀਆਂ ਬਣ ਜਾਣ ਚੰਗੀਆਂ ਸੜਕਾਂ ਬਣ ਗਈਆਂ ਅਸੀਂ ਵਧੀਆ ਰੂਪ 'ਚ ਪਿੰਡ ਨੂੰ ਸਾਰੇ ਪਿੰਡ ਨੂੰ ਦੇਖੀਏ ਵੀ ਠੀਕ ਹੈ ਕੰਮ ਹੋਇਆ ਅਸੀਂ ਸਰਕਾਰ ਦੇ ਧੰਨਵਾਦ ਜੇ ਸਰਕਾਰ ਵਧੀਆ ਕੰਮ ਕਰੇ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਸਾਨੂੰ ਇਹ ਗਰਾਊਂਡਾਂ ਦੇ ਕੇ ਸਾਡਾ ਇਹ ਕੰਮ। ਸਰ ਸਾਡੇ ਚੈਨਲ ਰਾਹੀਂ ਤੁਸੀਂ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਜੇ ਅਸੀਂ ਇੱਧਰ ਖੇਡਣ ਵਾਲੇ ਪਾਸੇ ਲਾਉਂਦੇ ਹਾਂ ਜੇ ਗੌਰਮੈਂਟ ਉਹਨਾਂ ਨੂੰ ਸਾਥ ਦੇਵੇ ਉਹਨਾਂ ਨੂੰ ਜਿੰਨ ਵਗੈਰਾ ਦੇਵੇ ਉਹ ਖੇਡਣ ਉਹ ਤਰੱਕੀ ਕਰਨ ਉਹ ਗਾਂ ਬਾਹਰ ਜਾ ਕੇ ਸਾਡੇ ਪਿੰਡ ਦਾ ਨਾਂ ਉੱਚਾ ਕਰਨਗੇ ਰੋਸ਼ਨੀ ਕਰਨਗੇ ਪਿੰਡ ਦੀ